ਵਾਗਰੂ ਵਾਗਰੂ ਕੀ ਬਣੂਗਾ ਲਟੇਰਿਆਂ ਦਾ, ਕੰਮ ਤਾਂ ਕੋਈ ਕਰਦਾ ਨਹੀਂ ਹੈਗਾ। ਦੇਖ ਲੈ 25 ਤੋਲੇ ਸੋਨੇ ਦੇ ਲੁੱਟ ਲਏ, 4-5 ਲੱਖ ਰੁਪਈਆ। ਦੇਖ ਲੈ ਪੰਜਾਬ ਦਾ ਤਾਂ ਰੱਬ ਹੀ ਰੱਖ ਹੈ। ਨੀ ਰਾਣੀ, ਰਾਣੀ ਕਿੱਧਰ ਭਾਗੀ ਪੁੱਤ? हाँ बेबे, पानी पिंदी सी गांजा नु इधर। पानी पी और की काम सी बेबे? नहीं काम तो आई थी पुत, मैनू पानी का गिलास लिया के दे। बालियां दवाइया जी खाण नाल मूंह जा सुक्की जांदा है। लेउनी ले बेबे पानी ले आवता। देख ले की हो गया, बुरा ही हाल होया पे पंजाब दा तां जमी। आ नशेड़ी ने किसी ने नाले सामने चक्की है लगी हुई, वो बेचारे गए सीगे मत्था टेकन, 25 तोले सोने दे लै गए, 5 लाख रुपया तोंगाली। देख ले हुण तां मिंट नहीं कर सुना छड्डण दा। पुलिस वाले भी नहीं कुछ करदे ना, कोई नहीं कुछ करदा भाई, की करूगा कोई इन्हां दा। मैं तैनूं इह कहिंदी, मैं कल देख रहा हूं तक वीरपाल ने भी फोन नहीं करे। रुझ रहे कमां चा दिवाली करके साफ सफाइया कर दया होनी बरतान बुरत त्योहार लंघे ने पहला। जो अति पुत आपके घरे सौखा आंदा फिर कानू जात पुछद। चल फिर ताई की लेना बेबे, सौखी वसे तू ऐ देख भी मसा तो अपन चेता नाल वसाई है। पहले तो ऊन ही आखे लगते सी लेके जान नू, अरब बंदे मिल गए है, फिर उही गल कम सिखाया उन्हू हौली हौली। जे हुण आपदे घरे सौखी होई है तां फिर तैनूं ऐ रहदा फोन करे गलबात करे मेरे नाल। नहीं ऐ गल तां हुंदी होई है, मां प्यो नूं मुंडा बैठा परदेसां च उहदे नाल ही गल कर ले। त्यौहार दा दिन है, फोन करके तां पुछ ही लैंदी। मैं बब्बी नूं पुछिया, कहिंदा ना मां मेरे कोल तां कदे नहीं गल करी हैगी। वाली नरदई होगी फिर तां इस लोट ते तां जमी जिही होगी। चल ऐ माड़ा मोटा कदे ना कदे तां फोन कर ले है ना। चल सौखी तां आपदे घरे बसे है, मसां परमात्मा ने दिन फोरे ने बथेरी खाई कट्टी है उहदे नाल तां। चल बसे रसे मौज करे, आपां ने की लैणा है। ਨਾਲੇ ਬਣ ਆਏ ਆ ਉਹ ਇਹਦਾ ਫੋਨ। ਹਾਂ ਬੇਟੇ, ਲਛਮਣ ਦਾ ਫੋਨ ਹੈ। ਹਾਂ ਪੁੱਤ। ਅੱਛਾ ਠਹਿਰੇ, ਹੋਰ ਠੀਕ ਠਾਕ ਹੈ ਸਾਰੇ? ਐਂ ਕੀ ਗੱਲ ਹੋ ਗਈ? ਅੱਛਾ ਲੈ ਹੁਣ ਕੀ ਹੋ ਗਿਆ? ਕੀ ਪਤਾ ਬੜੀ ਮਿਹਨਤ ਲੈਣਾ ਤਾਂ ਐਂ ਨਹੀਂ ਹਿਸਾਬ ਆਉਂਦਾ ਹੈਗਾ। ਆਪਾਂ ਹਜੇ ਹੁਣੀ ਗੱਲ ਕਰਕੇ ਹਟੀਆਂ ਤੀਆਂ। ਅੱਗੇ ਤੰਗ ਕਰਦੀ ਹੈ ਵੀਰਪਾਲ, ਤੰਗ ਕਰਦੀ ਹੈ ਕਿ ਨਾਲੇ ਮੇਰੀ ਮਾਂ ਨੂੰ ਤੰਗ ਕਰਦੀ ਹੈ, ਨਾਲੇ ਸਾਨੂੰ ਤੰਗ ਕਰਦੀ ਹੈ। ਲੈ ਵੀਰਪਾਲ ਕਾਹਨੂੰ ਤੰਗ ਕਰਦੀ ਹੈ? ਮੈਨੂੰ ਤਾਂ ਲੱਗਦਾ ਉਹੀ ਤੰਗ ਕਰਦੇ ਨੇ। ਕੀ ਪਤਾ ਭਾਈ, ਉਹ ਤਾਂ ਪਰਮਾਤਮਾ ਜਾਣਦਾ ਵੀ ਵੀਰਪਾਲ ਉਹਨਾਂ ਨੂੰ ਤੰਗ ਕਰਦੇ ਆ ਕਿ ਉਹ ਵੀਰਪਾਲ ਨੂੰ ਕਰਦੇ ਨੇ। ਮੈਂ ਨਹੀਂ ਕਹਿੰਦੀ ਵੀਰਪਾਲ ਹੁਣ ਕਾਹਦੇ ਨਾਲ ਤੰਗ ਕਰਦੀ ਹੈ। ਕੀ ਪਤਾ ਬੇਬੇ ਹੁਣ ਜਿਹੜੇ ਕੱਟਦੇ ਨੇ, ਜੇ ਤਾਂ ਵੀਰਪਾਲ ਨੂੰ ਪਤਾ ਹੈ ਵੀ ਉਹ ਤੰਗ ਕਰਦੇ ਨੇ ਕਿ ਜਾਂ ਉਹਨਾਂ ਨੂੰ ਪਤਾ ਜਿਹੜੇ ਕੱਟਦੇ ਨੇ। ਹੁਣ ਕਾਹਦੇ 'ਚ ਕਮੀ ਹੈ? ਸਾਰਾ ਕੰਮ ਸਿਖਾ ਕੇ ਤੋਰੀ ਹੈ, ਕਦੇ ਕਿਸੇ ਦੇ ਮੂਹਰੇ ਨਹੀਂ ਬੋਲੀ ਸੀ। ਹੁਣ ਤਾਂ ਉਹੀ ਖਰਾਬ ਨੇ, ਉਹੀ ਨਹੀਂ ਜਿਉਣ ਦਿੰਦੇ ਹੈਗੇ। ਬੇਬੇ ਸੁਭਾਅ ਨਹੀਂ ਬਦਲਦਾ ਹੁੰਦਾ, ਤਾੜੀ ਤਾਂ ਦੋਨਾਂ ਹੱਥਾਂ ਨਾਲ ਹੀ ਪੈਂਦੀ ਹੋਊ। ਲੈ ਤੂੰ ਕਹਿ ਦਿਆ ਕਰ ਵੀ ਤਾੜੀ ਦੋਨੇ ਹੱਥਾਂ ਨਾਲ ਪੈਂਦੀ ਹੈ, ਤੂੰ ਕਿਹਾ ਉਹਨਾਂ ਨੂੰ ਜਾ ਕੇ। ਚੱਲ ਹੁਣ ਤੂੰ ਮੈਨੂੰ ਬਾਲੀਆਂ ਮੱਤਾਂ ਜੀਆਂ ਨਾ ਦੇ, ਮੈਨੂੰ ਫੋਨ ਲਿਆ ਕੇ ਫੜਾ, ਮੈਂ ਬੱਬੀ ਨੂੰ ਫੋਨ ਲਾਵਾਂ। ਲਿਆਉਣੀ ਬੇਬੇ ਮੈਨੂੰ ਲੱਗ ਜਾਂਦੀ ਹੈ ਕਰਨ, ਮੈਂ ਦੱਸ ਗਈ ਮੱਤਾਂ ਦਿੰਦੀ ਹਾਂ। ਆਹ ਟੈਨਸ਼ਨਾਂ ਨਹੀਂ ਮੇਰਾ ਖੈੜਾ ਛੱਡਦੀਆਂ, ਬਿਨਾਂ ਮਤਬਲ ਦੀਆਂ ਗੱਲਾਂ ਨੇ। ਜਿੱਦਾਂ ਦੀ ਕੁੜੀ ਵਿਆਹੀ ਹੈ ਉਦਾਂ ਦੀ ਆਹੀ ਕੁਛ ਹੋ ਰਿਹਾ। ਲੈ ਬੇਬੇ ਕਰ ਲੈ ਗੱਲ, ਲੈ ਪਿਆ ਫੋਨ ਲਾ ਤਾ। ਹਾਂ ਆਉਂਦੀ ਆਉਂਦੀ ਨੇ ਲਾਤਾ। ਹੈਲੋ, ਸਤਿ ਸ਼੍ਰੀ ਅਕਾਲ ਪੁੱਤ, ਸਤਿ ਸ਼੍ਰੀ ਅਕਾਲ। ਹੋਰ ਕਿਵੇਂ, ਠੀਕ ਹੈ ਤੂੰ? ਹੋਰ ਡਿਊਟੀ ਵਧੀਆ ਚੱਲੀ ਜਾਂਦੀ ਹੈ? ਫੋਨ ਕੀ ਲਾਇਆ ਤੈਨੂੰ ਦੱਸ ਦਿੰਦੀ ਹਾਂ, ਤੂੰ ਕਹਿੰਦਾ ਨਾ ਫੋਨ ਕਿਵੇਂ ਲਾ ਲਿਆ। ਫੋਨ ਆਇਆ ਲਾ ਲਿਆ, ਉਹਨਾਂ ਦਾ ਤਾਂ ਫੇਰ ਫੋਨ ਆ ਗਿਆ ਲੱਛੀ ਦਾ ਤਾਂ। ਕੀ ਪਤਾ ਮੈਨੂੰ, ਪਤਾ ਕਹਿੰਦਾ ਕਿ ਸਾਨੂੰ ਤੰਗ ਕਰਦੀ ਹੈ। ਹੁਣ ਕਾਹਦੇ 'ਚ ਤੰਗ ਕਰਦੀ ਹੈ? ਸਾਰਾ ਕੰਮ ਧੰਦਾ ਸਿਖਾ ਕੇ ਤੋਰੀ ਹੈ, ਸਾਰਾ ਕਰਦੀ ਹੈ ਉੱਥੇ, ਹੁਣ ਕਾਹਦਾ ਰੌਲਾ ਉਹਨਾਂ ਨੂੰ? ਫਿਰ ਮੈਂ ਫੋਨ ਲਾ ਕੇ ਕੀ ਕਰਾਂ? ਅੱਛਾ ਠੀਕ ਹੈ, ਲੈ ਨਾ ਆਈਏ 4 ਦਿਨ। ਲੈ ਲਿਆਉਣੀ ਵੀ ਨਹੀਂ ਹੈਗੀ, ਫਿਰ ਹੋਰ ਹੁਣ ਕਿਵੇਂ ਕਰੀਏ? ਚੱਲ ਦੇਖ ਲੈਂਦੀ ਹਾਂ ਫਿਰ। ਚੰਗਾ ਕੀ ਕਹਿੰਦੇ ਬੀਬੀ?
ਉਹ ਤਾਂ ਕਹਿੰਦਾ ਤੁਸੀਂ ਫੋਨ ਲਾ ਕੇ ਦੇਖ ਲਓ, ਐਂ ਕਾਹਤੋਂ ਤੰਗ ਕਰਦੇ ਨੇ। ਫਿਰ ਹੁਣ ਵੀਰਪਾਲ ਨੂੰ ਲਾ ਕੇ ਪੁੱਛ ਲੈਂਦੇ ਹਾਂ, ਬਿਨਾਂ ਉਸਤਾ ਮਤਲਬ ਤੁਸੀਂ ਤੰਗ ਦੱਸੂਗੀ ਕਰੀ ਜਾਂਦੇ ਨੇ। ਕਹਿੰਦਾ ਫਿਰ ਹੁਣ ਤਾਂ ਵੀਰਪਾਲ ਨੂੰ ਲਾ ਕੇ ਪੁੱਛਾਂਗੇ, ਫਿਰ ਆਪਾਂ ਤਾਂ ਆਪ ਜੀ ਨੂੰ ਪੁੱਛਣ ਦਾ ਹੱਕ ਬਣਦਾ ਹੈ। ਲੱਛੀ ਤਾਂ ਆਪਾਂ ਨੂੰ ਦੱਸਣ ਨਹੀਂ ਲੱਗਿਆ ਵੀ ਅਸੀਂ ਤੰਗ ਕਰਦੇ ਹਾਂ। ਨਾ ਉਹ ਤਾਂ ਕਹਿੰਦਾ ਮੇਰੀ ਮਾਂ ਨੂੰ ਤੰਗ ਕਰਦੀ ਹੈ, ਫਿਰ ਸਾਨੂੰ ਵੀਰਪਾਲ ਨੂੰ ਤੰਗ ਲਾ ਲੈ, ਕਰਦੀ ਫੋਨ ਹੈ। ਵੀਰਪਾਲ ਨੂੰ ਲਾ ਲੈ, ਲੈ ਪਤਾ ਫੜ ਲਾ ਦਾ ਦੇ। ਲੈ, ਲਾ ਕੇ ਦੇ ਦੇ ਮੈਨੂੰ। ਲੈ ਬੇਬੇ ਵੀਰਪਾਲ ਨੂੰ ਗੱਲ ਕਰ ਲੈ। हाँ पुत, हाँ बीबी सत श्रीकाल। सत श्री अकाल बेटी, सत श्री अकाल। हो ठीक ठाक है? ठीक है वधिया, तुसी दसो भाभी किवें है, वीरा किवें है? सारे मौज हो रही है पुत, तू सुना मैनू। अच्छा वधिया, होर की करी जांदियां सी? कुछ नहीं कर दिया, असी तो कर दिया सी जेड़ा काम कर दिया सी। मैनू ऐ दस, तुसी की रौला जा पा रखे हुण? फिर रौला नहीं ने, असी तो कोई रौला नहीं पाया बेबे। ना ना, रौला तो हैगा पुत, रौला क्यों नहीं पाया? मैनू रची ने फोन करे। अच्छा तो ना लच्छी ने फोन करता, हाँ करता मैनू फोन। ले साडे तो तेरी कोई गल ही नहीं, उन्हें फोन की किवें करता, की कहना? वो तो कहना साढ़े रौला पार के पूरा, कहना वीरपाल डक्का नहीं तोड़ती है, सारा काम मेरी माँ तो कराउंदी है, मैनू नहीं समझती। कहना मैं कर दिया, सवेरे 4 बजे उठ खड़ती हूँ, सारा काम कर दिनी है, मैं तो कोई रौला नहीं पाया। फिर हुण अड़े मैं आवां? अड़े तो इन्हें तंग तो इन्हां ने कर छड्डिया मैनू। फिर आवां हुण मैं? ना मैं तो ठीक ठाक है, तू नहीं आई ना रहन दे। ਲੈ ਉਹ ਤਾਂ ਕਹਿੰਦੀ ਆਈ ਨਾ ਰਹਿਣ ਦੇ, ਮੈਂ ਤਾਂ ਠੀਕ ਠਾਕ ਹਾਂ। ਜਦ ਕੋਈ ਗੱਲ ਹੀ ਨਹੀਂ, ਉਹੀ ਬਣਾਈ ਛੱਡ ਜਾਂਦੇ ਆ, ਉਹੀ ਬਣਾਈ ਜਾਂਦੇ, ਇਹੋ ਜਿਹੀ ਤਾਂ ਕੋਈ ਗੱਲ ਹੈ ਨਹੀਂ। ਚੱਲ ਠੀਕ ਹੈ, ਚੱਲ ਤੂੰ ਨਾ ਬਾਲਾ ਬੋਲੀ। ਨਹੀਂ ਨਹੀਂ ਮੈਂ ਕਾਹਨੂੰ ਬੋਲਦੀ ਹਾਂ ਬੇਬੇ। ਹਾਂ ਠੀਕ ਹੈ, ਹੋਰ ਵਧੀਆ? ਹਾਂ ਸਾਰੇ ਠੀਕ ਹੈ ਪੁੱਤ। ਅੱਛਾ ਲੈ ਭਾਬੀ ਨਾਲ ਗੱਲ ਕਰਾ ਲੈ, ਕਰ ਲੈ ਲੈ। ਕਹਿੰਦੇ ਫੋਨ ਆਇਆ ਸਾਡੇ ਕੋਲੇ। ਹੈਲੋ, ਹਾਂ ਸਤਿ ਸ਼੍ਰੀ ਅਕਾਲ ਭਾਬੀ। ਸਤਿ ਸ਼੍ਰੀ ਅਕਾਲ, ਠੀਕ ਠਾਕ ਹੈ ਵੀਰਪਾਲ? ਹਾਂ ਭਾਬੀ ਵਧੀਆ ਠੀਕ ਠਾਕ, ਤੁਸੀਂ ਦੱਸੋ? ਠੀਕ ਆ ਬਸ ਵਧੀਆ। ਆ ਜਾਂਦੇ ਵੀਰੇ ਦਾ ਫੋਨ? ਫੋਨ ਹਾਂ ਵੀਰੇ ਦਾ ਫੋਨ ਆ ਜਾਂਦਾ। ਵੀਰੇ ਨੇ ਕੁਛ ਹੋਰ ਹੀ ਦੱਸਿਆ, ਕੀ ਗੱਲ ਹੋ ਗਈ? ਕੋਈ ਗੱਲ ਨਹੀਂ ਹੋਈ ਭਾਬੀ, ਅਸ ਤਾਂ ਵਧੀਆ ਠੀਕ ਠਾਕ ਹਾਂ, ਵੀ ਬਣਾਈ ਜਾਂਦੇ ਆ, ਐਸੀ ਤਾਂ ਕੋਈ ਗੱਲ ਹੀ ਨਹੀਂ। ਹੋਰ ਹੀ ਸੋਚ ਹੋ ਗਈ ਤੀ ਮਾਂ, ਮਸਾ ਤਾਂ ਪਹਿਲਾਂ ਹੋਇਆ। ਨਾ ਟੈਨਸ਼ਨ ਨਾ ਲਓ, ਵੀ ਨਾ ਟੈਨਸ਼ਨ ਲਿਆ ਕਰੋ, ਚਲ ਪਹਿਲਾਂ ਨਹੀਂ ਹੁਣ ਪਤਾ ਸੀ ਕੀ ਕੁਛ ਕਰਦੇ ਸੀ, ਦੇਖ ਕਿਵੇਂ ਬਸੀਆਂ ਮੈਂ। ਤਾਂ ਹੀ ਤਾਂ ਕਹਿੰਦੇ, ਅਸੀਂ ਤਾਂ ਫਿਰ ਮੁੱਠੀ 'ਚ ਜਾਨ ਆ ਜਾਂਦੀ ਹੈ, ਜਦੋਂ ਜੇ ਸੁੱਖ ਸਾਂਦ ਦਾ ਫੋਨ ਵੀ ਆ ਜਾਂਦਾ ਤਾਂ ਵੀ ਐਂ ਹੋ ਜਾਂਦਾ ਵੀ ਕਿਤੇ ਕੋਈ ਹੋਰ ਹੀ ਨਾ ਫੋਨ ਹੋਵੇ। ਵਧੀਆ ਠੀਕ ਠਾਕ ਆ, ਮਤਲਬ ਚੱਲ ਚੰਗਾ, ਸ਼ੁਕਰ ਹੈ, ਠੀਕ ਹੀ ਰਹੋ। ਚੱਲ ਚੰਗਾ ਭਾਬੀ, ਹੈ ਮੇਰੇ ਕੱਪੜੇ ਧੋਣ ਵਾਲੇ ਪੈ ਸੀ ਥੋੜੇ ਜਿਹੇ, ਮੈਂ ਫੇਰ ਲਾਉਂ ਚੱਲ। ਚੰਗਾ ਠੀਕ ਹੈ, ਠੀਕ ਹੈ, ਚੰਗਾ ਭੈਣ, ਓਕੇ। ਲੈ ਹੁਣ ਕੀ ਦਾ ਸੱਚ ਮੰਨੀਏ, ਉਹ ਤਾਂ ਕਹਿੰਦੀ ਠੀਕ ਠਾਕ ਆ ਸੀ ਤਾਂ। ਚੱਲ ਫਿਰ ਠੀਕ ਹੈ, ਜੇ ਠੀਕ ਹੀ ਸਹੀ, ਠੀਕ ਹੈ ਜੇ ਫੇਰ ਗੱਲਬਾਤ ਹੋਈ ਫਿਰ ਜਾਇਆ ਆਵਾਂਗੇ। ਹਾਂ ਚੱਲ ਕਰ ਲੈ ਕੰਮ, ਫਿਰ ਕਾਹਦੇ ਵਾਸਤੇ ਕੰਮ ਛੱਡਿਆ ਆਪਾਂ। ਲਾ ਕੇ ਕਹਿਤਾ ਹੋਵੇ, ਇਹ ਵੀ ਨਹੀਂ ਪਤਾ ਹੁੰਦਾ ਦਵਾ ਨਾ ਨਾ ਗਿਰ ਜਾਂਦੀ ਹੈ। ਕਰ ਲੈ ਧੰਦਾ ਫਿਰ, ਚੱਲ ਆਪਦੇ ਤਾਂ ਕੰਮ ਨੇ। ਚੰਗਾ ਨਹੀਂ ਬੇਬੇ, ਮੈਂ ਤਾਂ ਮਾਂਜਾ ਭਾਂਡੇ, ਮੈਂ ਵੀ ਕੰਮ ਛੱਡ ਕੇ ਬਹਿ ਗਈ। ਮਾਂਜਦੇ ਪਰਾਂ, ਨਿਬੇੜ ਕੰਮ ਨੂੰ। ਮੈਨੂੰ ਲੱਗਦਾ ਤਾਂ ਹੈ ਨਹੀਂ ਵੀ ਵੀਰਪਾਲ ਤੰਗ ਨਹੀਂ ਕਰਦੀ ਹੋਣੀ, ਐਵੇਂ ਨਹੀਂ ਕਹਿੰਦਾ ਹੋਣਾ ਲੱਛੀ ਵੀਰਾ, ਤੰਗ ਤਾਂ ਉਹ ਕਰਦੀ ਹੋਊਗੀ, ਗੱਲ ਕਰ ਆਪਦੀਆਂ ਸਫਾਈਆਂ ਦੇਣ ਲੱਗ ਜਾਂਦੀ ਹੈ। ਚੱਲ ਕੋਈ ਨਾ, ਫਿਰ ਪਤਾ ਲੱਗ ਜੂ ਤਾਂ ਜੇ ਕੋਈ ਐਸੀ ਵੈਸੀ ਗੱਲ ਹੋਈ। ਮੈਨੂੰ ਤਾਂ ਨਹੀਂ ਯਕੀਨ ਹੈਗਾ ਵੀ ਵੀਰਪਾਲ ਸਹੀ ਕੰਮ ਕਰਦੀ ਤੂੰ। ਬਸ ਕੀ ਕਰਾਂ, ਆਪਦਾ ਜਾਣ ਦਾ ਕੰਮ ਸਿਖਿਆ ਕੇ ਤੋਰੀ ਹੈ, ਡਾਲ ਨਹੀਂ ਕਰਦੇ ਗੇ, ਨਾ ਸਾਰਾ ਦਿਨ ਦਾਬ 'ਚ ਪਾ ਕੇ ਰੱਖਦੇ, ਦੱਸ ਕਰਨਾ ਹੀ ਪਊ ਮੈਨੂੰ ਤਾਂ ਫਿਰ। ਹੁਣ ਸਾਰਾ ਦਿਨ ਨਹੀਂ ਧੰਦੇ ਲੋਟਾਉਂਦੇ, ਹਜੇ ਮੈਨੂੰ ਦਾਬ 'ਚ ਪਾਉਂਦੀ ਹੈ, ਪੂਰਾ ਡਰਾਉਂਦੀ ਹੈ। ਉਦੋਂ ਕਹਿੰਦੀ ਮੈਂ ਸਿਖਿਆ ਕੇ ਤੋਰੂ, ਮਾਂ ਨੇ ਉਦੋਂ ਹਾਂ ਕਹਿਤਾ ਵੀ ਜੇ ਹਜੇ ਤੂੰ ਹੁਸ਼ਿਆਰ ਹੈ, ਤੇਰੀ ਧੀ ਤਾਂ ਇਹੋ ਜਿਹੀ ਹੈ ਨਹੀਂ ਤੇਰੇ ਵਰਗੀ, ਆਪ ਤਾਂ ਤੂੰ ਬਥੇਰੀ ਹੁਸ਼ਿਆਰ ਹੈਗੀ, ਇਹ ਦੱਸ ਕਹੇ ਜੀ ਤੋਰਤੀ ਸਾਡੇ ਸਰਦਨ ਬਾਲਣ ਫੁੱਕਣ ਨਹੀਂ ਲੋਟਾਉਂਦਾ ਇਹਨਾਂ ਦਾ। ਬੇਬੇ ਆਪੀ ਕਰ ਲੂ, ਤੂੰ ਕਰਾਈ ਐਂ ਚੜੂ ਬੇ, ਕਿੱਥੇ ਕਰ ਲੂ ਪੁੱਤ, ਉਹ ਤਾਂ ਕਿਹੜੇ ਮੌਕਿਆਂ ਦੀ ਮੋਬਾਈਲ ਲਈ ਬੈਠੀ ਹੈ, ਮੈਨੂੰ ਤਾਂ ਕਰਨਾ ਪਊਗਾ, ਫੁੱਕਣਾ ਪਊਗਾ। ਮੈਂ ਲਾਇਆ ਸੀ ਇਹਦੀ ਮਾਂ ਨੂੰ ਫੋਨ, ਨਾ ਫੋਨ ਲਾਇਆ ਮੁੜ ਕੇ ਨਾ ਆ ਪਾਈ। ਹੁਣ ਨਹੀਂ ਹੋ ਆਉਂਦੇ ਪੁੱਤ, ਆਪਾਂ ਫਸਾਉਣੇ ਸੀ ਫਸਾਤੇ, ਆਪਾਂ ਤਾਂ ਹੁਣ ਕਰਨਾ ਹੀ ਪਊਗਾ, ਸਾਰਾ ਦਿਨ ਕੂੜਾ ਪਿਆ ਬੁਰਾ ਲੱਗਦਾ। ਬੇਬੇ ਐਂ ਨਹੀਂ ਸਰਦਾ, ਮੈਂ ਕਰਦਾ ਵਿਚੋਲੇ ਨੂੰ ਫੋਨ। ਉਦੋਂ ਪੁੱਤ ਤੂੰ ਦੱਬ ਗਿਆ, ਤੈਨੂੰ ਮੈਂ ਆਖਿਆ ਸੀਗਾ ਵੀ ਤੇਰਾ ਦੂਜਾ ਵਿਆਹ ਕਰੂੰ, ਤੂੰ ਕਹਿਤਾ ਪੰਚਾਇਤਾਂ ਦੀ ਨਾ ਮੋੜੀ। ਬੇਬੇ ਹੁਣ ਕੀ ਕਰੀਏ, ਪੰਚਾਇਤ ਕਰਾਂ ਘਰੋਂ ਮੋੜੀ ਜਾਂਦੀ ਆ, ਉਦੋਂ ਐਂ ਸੀ ਕੰਮ ਚੱਲ ਸਿੱਖਿਆ ਉਹ ਕਰ ਲਿਆ ਕਰੂਗੀ। ਜਦ ਦਾ ਤੂੰ ਗਿਆ ਪੁੱਤ, ਉਦੋਂ ਦਾ ਕੰਨ ਨੂੰ ਫੋਨ ਲਾਈ ਬੈਠੀ ਹੈ, ਅੰਦਰ ਜਾ ਕੇ ਦੇਖ, ਫੇਰ ਕਰੀ ਤੂੰ ਵਿਚੋਲੇ ਨੂੰ ਫੋਨ।
चल मैं देखदा। तैनू शर्म नहीं आती? वो बुढ़ी झाड़ू लाई जाती है, तू बैठी है डर फोन लाई। मेरी गल तो सुन लो बेबे, तो हूँ गई अंदर पई पई, सारा काम करके आके बैठे। दीदी का फोन आ गया, मैं तो फोन ही चक्या सी आके, पहले ही करता, हूँ नहीं मैं निकलती। जेड़ा साहब तू करतूत कर रखी है, तू बसदी भी नहीं। ला सी तेरी माँ फोन, मैं वो तै रोकती हूँ। रोकनी सी जब कोई गल नहीं, सुन तू ही गल बना आ। तुम कद मेरा पक्ष लेते ही नहीं, तुम तो हमेशा ही माँ का पक्ष लेता है। झूठ तो बोलना ही है। तू मैनू नस गया, मैनू पता है तू कि डरा डरा तेरी मां नू। जे कोई होर हुंदी हल्के डंडा दे दिंदी। आए कि मैं दे दिंदी हल्के जे डंडा, मैं कहड़ा मूरे कूली है, करदी भी नहीं मैं काम। हुण मैं ही बस के दिखाऊंगी, कर ली जेड़ा कुछ करना है। हेलो, हाँ ठीक है, हाँ मैं करदा जाना फिर भाई, होर की है जाके आना मैं ना। तुसी पहला फोन करया सी उन्होंने, फिर होया कुछ? चलो मैं जाना फिर करदा गल जाके। ठीक है ठीक है ठीक है जी, चंगा। बचोलियां का काम भी मुश्किल है, मसा पहला बसाई सी, हुण फिर फोन आ गया। चलो चल दें, कर दें गल जाके की बनता है। ले देख ले राणी, कहा जा जवाना आ गया है, बलाई सोने ला गए नाले करे आके ले ले। होर ने सोने भी लग दे डिजाइन। हाँ ना सोने, नाले लाए भी सूती ने। हाँ इन्ना महंगा नहीं बेबी, नाले कपड़ा वधिया बेबी। हाँ वीरपाल का बचोला आंदा है। वीरपाल का बचोला? हाँ किथे ओ आंदा है। अच्छा बीच तुरे जीरी तो तुल गई, बेचती बीज बिजाई लग रहे होंगे। हाँ बीजी आने बस। ये मशीन जी गंढा बनाने वाली ओही मिलती, बड़ा रश बड़ा हैगा, पांच छह दिन बारी आऊ फिर कितने कणक बीजांगे। हाँ फिर कणक लेट हो जू। हाँ राणी चाह लिया पुत बना के? चाह तो फिर पीवांगे भाई, मैं गल करनी है मड़ी, फोन आया सी उधरों वीरपाल बारे। बह जा पुत फिर कर ली चाह। हुण मेरी गल सुनो, आप पहला किन्निया पंचायतां पचूतियां इकट्ठा करके कुड़ी तोरी है, ਉਹੀ ਹਾਲ ਫੇਰ ਹੈ ਉਹਨਾਂ ਦਾ, ਨਾਲੇ ਤਾਂ ਕੰਮ ਨਹੀਂ ਕਰਦੀ, ਨਾਲੇ ਉਹਨਾਂ ਨੂੰ ਤਾੜਦੀ ਹੈ, ਉਲਟਾ ਉਹਨਾਂ 'ਤੇ ਰੋਹਬ ਜਮਾਉਂਦੀ ਹੈ। ਨਾ ਬਾਈ ਮੈਂ ਤਾਂ ਨਹੀਂ ਸੁਣਿਆ, ਕੱਲ੍ਹ ਪਰਸੋਂ ਮੈਂ ਫੋਨ ਵੀ ਲਾਇਆ ਸੀ, ਉਹ ਕਹਿੰਦੀ ਵੀ ਤੈਨੂੰ ਜਾਣ ਕੇ ਲੱਛੀ ਨੇ ਫੋਨ ਲਾਤਾ, ਫੋਨ ਤਾਂ ਮੇਰੇ ਕੋਲ ਵੀ ਆ ਗਿਆ ਸੀ। ਮੈਂ ਕਿਹਾ ਚੱਲ ਮੈਂ ਜਾ ਆਉਂਦੀ ਹਾਂ, ਕਹਿੰਦੀ ਨਾ ਬੇਬੇ ਤੈਨੂੰ ਆਉਣ ਦੀ ਲੋੜ ਨਹੀਂ, ਕੋਈ ਗੱਲ ਨਹੀਂ ਹੈਗੀ ਸਾਡੇ ਘਰੇ। ਕਹਿੰਦੀ ਮੈਨੂੰ ਵਿੜਕ ਲੱਗੀ ਹੈ, ਮੈਂ ਜਾਂਦਾ ਉਹਨਾਂ ਨਾ ਇੱਧਰ ਸੁਸਾਇਟੀ ਸੁਸੂਟੀ ਜਾਂਦਾ ਫਾਫੜੀ ਕੰਮ ਧੰਦਾ, ਮੈਨੂੰ ਵਿੜਕ ਲੱਗੀ ਹੈ ਕੋਈ ਗੜਬੜ ਹੈਗੀ ਹੈ। ਕਿਉਂ ਪਹਿਲਾਂ ਤਾਂ ਆਪਾਂ ਮਸਾਂ ਤਾਂ ਉਹ ਪੰਚਾਇਤਾਂ ਪਾ ਕੇ ਪਹਿਲਾਂ ਟਕਿਆ ਸੀ ਕੰਮ, ਕੁੜੀ ਨੂੰ ਸਮਝਾਓ ਮਾੜਾ ਮੋਟਾ। ਕੰਮ ਤਾਂ ਕਰਨਾ ਹੀ ਪਊਗਾ ਚਾਚਾ ਜੀ, ਕੰਮ ਤਾਂ ਕਰਨਾ ਭਾਈ, ਹੋਰ ਕਾਹਦੇ ਵਾਸਤੇ ਮੈਂ ਕਰਾਇਆ ਲੈਣੀ।
ਸੁਭਾਅ ਵੀ ਬਦਲਣਾ ਪਊਗਾ। ਸੁਭਾਅ ਵੀ ਸਭ ਕੁਝ ਕਰਨਾ ਪਊ। ਸਹੁਰਿਆਂ ਦੇ ਘਰੇ ਨਹੀਂ ਬੇਬੇ ਕੰਮ ਚੱਲਦਾ ਹੁੰਦਾ, ਪੇਕਿਆਂ ਦੇ ਘਰੇ ਤਾਂ ਪੁੱਗ ਜਾਂਦੀ ਹੁੰਦੀ ਹੈ, ਜਿਹੋ ਜਿਹਾ ਸੁਭਾਅ ਹੁੰਦਾ ਚੱਲੀ ਜਾਂਦਾ। ਚੱਲ ਹੁਣ 5-4 ਸਾਲ ਤਾਂ ਮੈਨੂੰ ਵੀ ਹੋ ਗਏ ਸੀ ਦੇਖਦੀ ਨੂੰ ਸੁਭਾਅ ਉਹਦਾ। ਨਹੀਂ ਰਾਣੀ ਇਹੀ ਜੀ ਤਾਂ ਹੁਣ ਤਾਂ ਕੋਈ ਗੱਲ ਹੈ ਨਹੀਂ ਸੀ, ਹੁਣ ਤਾਂ ਸਾਰਾ ਕੰਮ ਧੰਦਾ ਕਰਦੀ ਰਹੀ ਹੈ। ਬੁੜੀ ਨੇ ਤਾਂ ਮੈਨੂੰ ਇਹ ਦੱਸਿਆ, ਕਹਿੰਦੀ ਨਾ ਸਾਰਾ ਕੰਮ ਮੈਂ ਕਰਦੀ ਹਾਂ, ਫੋਨ ਦਾ ਖੇੜਾ ਨਹੀਂ ਛੱਡਦੀ। ਚੱਕੂ ਫੋਨ ਕਦੇ ਕਿਧਰੇ ਨੂੰ ਲਾ ਲਿਆ, ਕਦੇ ਕਿਧਰੇ ਨੂੰ ਲਾ ਲਿਆ, ਮੈਂ ਕੰਮ ਧੰਦਾ ਕਰਦੀ ਰਹਿਣੀ। ਕਹਿੰਦੀ ਤੁਸੀਂ ਕੁਛ ਵੀ ਹੈ, ਕਿਵੇਂ ਨਾ ਕਿਵੇਂ ਕਰਕੇ ਤੁਸੀਂ ਦੇਖੋ, ਬਿੜਕਲ ਪਿੰਡ ਚੋਂ ਬਿੜਕ ਲੱਗ ਜਾਂਦੀ ਹੈ, ਆਂਢੇ ਗੁਆਂਢੀ ਤੋਂ ਪਤਾ ਲੱਗ ਜਾਂਦਾ। ਉਹ ਤਾਂ ਦੋਨਾਂ ਮਾਂ ਪੁੱਤਾਂ ਨੂੰ ਡਰਾ ਕੇ ਰੱਖਦੀ ਹੈ, ਗੱਲ ਨਹੀਂ ਕਰਨ ਦੀ ਉਹਨਾਂ ਨੂੰ। ਜੇ ਅੰਦਰ ਕੋਈ ਮਾੜਾ ਮੋਟਾ ਕੰਮ ਦੀ ਗੱਲ ਕਰਦੇ ਨੇ, ਭੱਜ ਕੇ ਜਾ ਕੇ ਮਗਰ ਵੀ ਕੋਈ ਰਾਇ ਬਣਾਉਂਦੇ ਨੇ। ਐਦੀ ਗੱਲ ਤਾਂ ਨਹੀਂ ਹੋਣੀ ਬਾਈ, ਮੈਨੂੰ ਤਾਂ ਨਹੀਂ ਲੱਗਦਾ ਹੈਗਾ ਵੀ ਹੁਣ ਤਾਂ ਨਹੀਂ ਵੀਰਪਾਲ ਦਾ ਕੋਈ ਲਾਂਭਾ ਆਉਂਦਾ ਦਿੰਦਾ ਮੈਨੂੰ। ਤੁਸੀਂ ਦੇਖ ਲਓ ਜਾ ਕੇ, ਇੱਕ ਵਾਰੀ ਜਾ ਕੇ ਆਇਆ ਜਾਇਆ ਉੱਥੇ, ਤੁਹਾਨੂੰ ਪਤਾ ਲੱਗ ਜੂਗਾ। ਹਾਂਜੀ ਹਾਂਜੀ ਉੱਥੇ ਹੀ ਗੱਲ ਕਰੀ ਜਾਣਾ ਬੈਠਾ, ਬਸ ਹੱਸ ਮਾਰ ਕੇ ਗੱਲ ਕਰਾਂਗੇ ਹੋਰ ਕੀ। ਠੀਕ ਲੈ ਫੋਨ ਵੀ ਆ ਗਿਆ, ਲੈ ਮਗਰੀ ਜਦੋਂ ਭੇਜ ਹੀ ਦਿੱਤਾ ਸੀ ਬਾਈ ਫੋਨ ਵਾਲੀ, ਕਿਹੜੀ ਗੱਲ ਸੀ। ਫੋਨ ਤਾਂ ਅਗਲੇ ਨੂੰ ਫਿਕਰ ਹੁੰਦਾ ਫਿਰ ਵੀ ਗਿਆ ਕਿ ਨਹੀਂ ਗਿਆ, ਮੇਰਾ ਕਿਹੜਾ ਇੱਕ ਕੰਮ ਹੈ, ਕਦੇ ਕਿਧਰੇ ਨਿਕਲ ਜਾਂਦਾ ਕਦੇ ਕਿਧਰੇ ਨਿਕਲ ਜਾਂਦਾ। ਉਹਨੂੰ ਤਾਂ ਫਿਕਰ ਹੋਊ ਕਿਸੇ ਹੋਰ ਪਾਸੇ ਤੁਰ ਗਿਆ ਹੋਊ, ਤਾਂ ਫੋਨ ਲਾ ਲਿਆ ਵੀ ਘਰੇ ਪਹੁੰਚਿਆ ਕਿ ਨਾ ਪਹੁੰਚਿਆ। ਇਹ ਤਾਂ ਬਾਈ ਉਦਾਂ ਦੀ ਚੱਲੀ ਜਾਂਦਾ ਇਹੋ ਜਿਹਾ, ਕੁਛ ਪਤਾ ਨਹੀਂ ਕਾਹ ਤੋਂ। ਮਾੜਾ ਮੋਟਾ ਤੁਸੀਂ ਵੀ ਭਾਈ ਸਮਝਾਓ, ਮੰਜਾ ਪੀੜੀ ਤਾਂ ਹੈ ਨਹੀਂ ਵੀ ਦੁਬਾਰੇ ਪਾਉਣ ਲਾਂਗੇ, ਸਮਝਾਓ ਮਾੜਾ ਮੋਟਾ। ਇਹ ਕਿਤੇ ਘਰੇ ਬਿਠਾਉਣ ਵਾਲਾ ਹੈ, ਬਹੁਤ ਵੱਡੀਆਂ ਗੱਲਾਂ ਹੋ ਜਾਂਦੀਆਂ ਇਹ, ਗੁਆਂਢ ਮੱਥਾ ਨੇੜੇ ਪਿੰਡ ਹੈ। ਧੀਆਂ ਘਰੇ ਬਿਠਾਉਣੀਆਂ ਬਹੁਤ ਔਖੀਆਂ ਨੇ ਬਾਈ, ਧੀਆਂ ਤਾਂ ਰਾਜੇ ਰਾਮਾ ਤੋਂ ਨਹੀਂ ਬਿਠਾਈਆਂ ਜਾਂਦੀਆਂ, ਦੇਣ ਲੈਣ ਦਾ ਤਾਂ ਮੈਂ ਕਸਰ ਨਹੀਂ ਛੱਡੀ। ਉਦੋਂ ਬਹਿ ਗਈ ਤੀ ਸਾਲ ਭਰ, ਸਾਰਾ ਕੰਮ ਕਹਿੰਦੇ ਕੰਮ ਨਹੀਂ ਜਾਣਦੀ, ਉਦੋਂ ਵੀ ਰੋਜ਼ ਸਾਗ ਨਹੀਂ ਜਾਣਦੀ, ਫਲਾਣਾ ਨਹੀਂ ਜਾਣਦੀ, ਮੈਂ ਸਾਰੇ ਕੰਮ ਸਿਖਾ ਕੇ ਤੋਰੀ ਹੈ, ਹੁਣ ਤਾਂ ਕਿਸੇ ਗੱਲ ਦਾ ਰੌਲਾ ਹੀ ਨਹੀਂ ਰਿਹਾ। ਨਹੀਂ ਭਾਈ ਕੰਮ ਦਾ ਤਾਂ ਕੋਈ ਰੌਲਾ ਨਹੀਂ, ਸੁਭਾਅ ਬਦਲਣਾ ਪਊ, ਸੁਭਾਅ ਇੱਥੋਂ ਨਹੀਂ ਚੱਲਣਾ ਉੱਥੇ, ਇਹ ਸੁਭਾਅ ਨਹੀਂ ਚੱਲਦੇ, ਉੱਥੇ ਤਾਂ ਬਦਲਣਾ ਪਊਗਾ। ਐਡੀ ਵੀ ਕੋਈ ਗੱਲ ਨਹੀਂ ਹੁੰਦੀ ਬਾਈ, ਇਹ ਤਾਂ ਉਹੀ ਮਾੜੀ ਮਾੜੀਆਂ ਗੱਲਾਂ ਫੜੀ ਜਾਂਦੇ ਨੇ ਮਾੜੀ ਮਾੜੀ ਰਾਣੀ, ਹੁਣ ਤਾਂ ਕੋਈ ਗੱਲ ਨਹੀਂ। ਆਪਾਂ ਕੱਲੇ ਇੱਥੇ ਬੈਠ ਕੇ ਸਹੀ ਦੀ ਨਹੀਂ ਨਾ ਲੈ ਸਕਦੇ, ਜਾ ਕੇ ਦੇਖ ਆਵਾਂਗੇ ਪਤਾ ਲੱਗ ਜੂ। ਚਲੋ ਕੋਈ ਨੀ, ਮੈਂ ਠੰਡੀ ਹੋਈ ਪੀਣਾ, ਕੋਈ ਗੱਲ ਨੀ, ਨਾ ਕੋਈ ਨੀ ਭਾਈ ਕੋਈ ਨਾ, ਜਾਂ ਮੈਂ ਠੰਡੀ ਹੋਈ ਪੀਣਾ। ਚਲ ਤੁਸੀਂ ਜਾਇਆ ਭਾਈ ਫਿਰ, ਕੋਈ ਨਾ ਜੀ ਜਾਇਆ। ਲੈ ਦੱਸ ਰਾਣੀ ਹੁਣ ਕੀ ਕਰੀਏ, ਮੇਰੀ ਗੱਲ ਸੁਣ, ਮੈਨੂੰ ਤਾਂ ਐਂ ਸੀ ਵੀ ਚੱਲ ਜਵਾਕ ਆ ਜੂਗਾ ਉਦੋਂ ਜਾਇਆ ਆਵਾਂਗੇ, ਹੁਣ ਵਿਚੋਲਾ ਕਹਿ ਗਿਆ ਕਹਿੰਦਾ ਤੁਸੀਂ ਛੇਤੀ ਦੋਏ ਜਾਣੀਆਂ ਜਾ ਆਇਓ, ਫਿਰ ਹੁਣ ਫਿਰ ਕਿਵੇਂ ਕਰੀਏ। ਫਿਰ ਜਾਣਾ ਹੀ ਪਊ ਬੇਬੇ, ਜਵਾਕ ਤਾਂ ਹੁਣ 6 ਮਹੀਨੇ ਨਾ ਪਿਓ ਤੁਹਾਡਾ। ਫਿਰ ਐਂ ਤਾਂ ਹੁਣ ਜਾ ਤਾਂ ਆਪਾਂ ਆਵਾਂਗੇ, ਫਿਰ ਜਾ ਕੇ ਕੀ ਕਹਾਂਗੇ। ਕੀ ਕਹਿਣਾ, ਤੂੰ ਤਾਂ ਪੁੱਛਣਾ ਆਪੀ ਪਤਾ ਲੱਗ ਜੂ, ਅਗਲੀ ਆਪੀ ਦੱਸੂ ਕਿਹੜੀ ਔਖੀ ਹੈ, ਉਹ ਤਾਂ ਮੂਹਰੇ ਆ ਜਾਣਗੀਆਂ ਸਾਰੀਆਂ ਗੱਲਾਂ। ਨਾ ਮੈਨੂੰ ਤਾਂ ਲੱਗਦਾ ਹੁਣ ਤਾਂ ਉਹੀ ਕੁੱਤੇ ਲਾਉਂਦੇ ਨੇ, ਹੁਣ ਨੀ ਕੋਈ ਗੱਲ ਹੈਗੀ ਬੇਬੇ। ਜੇ ਤੂੰ ਨਾ ਸਹਿਦੀਆਂ ਲਵੇ, ਇੰਨੀ ਸਹਿਦੀਆਂ ਲਈਦੀ ਹੁੰਦੀ, ਇੱਥੇ ਪੁੱਤ ਨੂੰ ਮਗਰ ਉਹੀ ਆਦਤ ਬਣ ਜਾਂਦੀ ਹੈ ਵੀ ਹੈਗੇ ਨੇ ਮੈਨੂੰ ਸਹਿਦੀਆਂ ਦੇਣ ਵਾਲੇ। ਚੱਲ ਆਪਾਂ ਜਾ ਆਉਂਦੇ ਹਾਂ ਫਿਰ ਬੇਬੇ। ਦੇਖ ਵਗ ਜੂੰਗੀ ਮੈਂ ਤਾਂ ਤੁਰੂੰਗੀ ਜੇ ਤੂੰ ਉੱਥੇ ਉਹਦੀ ਸਹਿਦੀ ਜਿੰਨੀ ਜ਼ਿਆਦਾ ਲਏਂਗੀ। ਮੈਂ ਤੈਨੂੰ ਦੱਸਾਂ, ਮਾਂ ਪਿਓ ਦੇ ਸਿਰ ਤੇ ਧੀਆਂ ਵੱਸਦੀਆਂ ਹੁੰਦੀਆਂ ਨੇ, ਮਾਂ ਪਿਓ ਦੇ ਸਿਰ ਤੇ ਉੱਜੜ ਜਾਂਦੀਆਂ ਹੁੰਦੀਆਂ ਨੇ ਧੀਆਂ, ਠੀਕ ਹੈ। ਜੇ ਉਹ ਬੈਗ ਜਿਹਾ ਭਰ ਕੇ ਤੁਰਨ ਲੱਗੀ ਉਹਨੂੰ ਕਹਿੰਦੀ ਸਿੱਧਾ ਹੋ ਕੇ ਆਪਦਾ ਘਰ ਵਸਾ ਲੈ ਭਾਈ, ਸਾਡੇ ਨਾਲ ਤੁਰਨ ਦੀ ਲੋੜ ਨਹੀਂ, ਐਂ ਆਪਦੇ ਘਰ 'ਚ ਕਦੋਂ ਮੂੰਹ ਪਾਊਗੀ ਉਹ। ਰਾਣੀ ਰਹਿਣ ਦੇ ਫਿਰ, ਤੂੰ ਵੀ ਨਾ ਜਾ, ਮੈਂ ਲੱਛੀ ਨੂੰ ਫੋਨ ਕਰਕੇ ਦੇਖਦੀ ਹਾਂ। ਮੈਂ ਉਹਨੂੰ ਕਹਿੰਦੀ ਵੀ ਭਾਈ 2 ਦਿਨ ਉਰੇ ਛੱਡ ਜਾ, ਨਾਲੇ ਤਾਂ ਉਹਦਾ ਪਾਸਾ ਥੱਲੇ ਜਾਊ, ਨਾਲੇ ਆਪਾਂ ਪੁੱਛਾਂਗੇ ਤਾਂ ਸਹੀ।
तेरा पहला नहीं चित तक क्या अगला की पता बहाने नाल तोड़दा वे फिर पंचायत दे हाड़े कड्डी आई फिर होर होना करूंगी भी की मैनू ऐता दस दे या की पता लगूगा भी की दे च कसूर है केरा ता मैं उनू कहनी आ भी भाई उरे छड़ के जा कर ले बेबे लच्छी नु फोन तो करकी हटेंगी तू नहीं हटती फिर होर होना उरे आई तू पता लगूगा तेरा ता मैं फोन करके देख दियां भाई कर ले बेबे तू तो हटती हाँ पुत सत श्रीकाल होर कमें ठीक है पुत बेटा मैं तो तेन ए कहती थी मैं कहा तू दो दिन वीरपाल नूरे छड़ जांदा तू आ जांदा नाले मैं है नहीं तू दो दिन उरे छड़ जांदा नाले तो एदा पासा थले जांदा नाले मैं उरी समझा देंदी इहनू पुछ लैंदी की गल है लै पुत थोड़ियां तो उही जिद्दां वालियां गल्लां ने समझाउण वाली गल क्यों नहीं फिर मेरा उरे आए तो की हो जूगा चल कोई ना असीं आउने आ फिर ठीक है कोई ना मैं आ जाऊंगी चल कोई ना आ जानी ठीक है आ जाएंगे ना ना वो भी पूरी जिद फणी बैठे ने वो कहना ना हुण मैं की करा जे तो मैं इनू नाल ले जानी हाँ तां ये बालियां पखबाजियां जी उन्हां दीआं करदी है जे मैं नहीं लिजांदी कल्ली जानी हाँ फिर बुरा लगता अगला कहिंदा बुढ़ी जी कोट ने होर अगला कहिंदा चुन्नी चक्के आ बड़ी जे हुण उह मेरे नाल आउण लग गई फिर ये कहिंदी लैके नहीं आउणी इहने वी कहता किते भर के बैग उरे चक लियावेंगी मैं तां फस गई विचारे चल देखदी हाँ फिर इहनू पुछ के देख लूँगी जे वग जूगी होर फिर कुछ तां करूँगी भी मैनू तां करना ही पऊगा सब कुछ की करन लगी राणी मैं तो रोटी खानी हाँ मां मैं तो आ गल सुन के ना कालजा खुसन लग गया खो पैन लग गई रोटी खान लग गई हार के मैं तो ऐ कर तू रोटी खा लै मैं तेनू ऐ कहनी कल नू आपां सनेहा चलिए उत्थे खबर कड्डा कि जैबरा पऊगा मैं जान दी हां उन्हां दे सुभा नू बेबे लच्छी वीरे नाल होगी गल की कहना वो लै सुन लै मैं कर ली गल मैनू पता की जवाब दिता है कहना उरी आ जा उरी आके देख ली नाले तेनू पता लग जू खबर यह जा की पता लाउणगे मैनु समझ नहीं आउंदी ता बेबे तड़के सनेहा वक्त चलांगे आके आपदा भी देखना हुंदा पशु सारे दा तू भी ना बाली गर्म जी होई किते उई उत्थे गर्म जी होई जावे चल ऐ करी पुत फिर कबेड़ा ना कर तार कढ लै जग्गा दुद्ध लैणा आऊगा फिर चंगा बेबे कढ लेनी है होरी जब खड़ा हो जांदा चार दिन नहीं लंघदे अड्डे वाला दूर पैंदा नहीं बेबे इहनां दे घर तों तां बाली दूर है वीर होर मर जा रोटी भी नहीं बनाई अं घर वास्ते हम देंगे अजे टाइम नहीं रोटी का पुछना हो रोटी का टाइम नहीं होया अजे वीर पाले मैं सारा बालन फुकन करके आ गई पशुआ का गोहा सिट आई सारा कुछ कर आई टाइम नहीं अजे रोटी का बेबे रोटी का टाइम भी हो गया अज नहीं मैं तो रोटी पकती मेरा सरजा बड़ा दुखी आता से पकाई किद्या रोटी भाई तू रोटियां मैं रोज पकाउनी आ मैं डंगर पशुआ का कर दी है जे कोई भी गल हुई तू वीरपाल नु भी समझाई बाली तत्ती ना चली माहौल के हिसाब नाल देख दे भी की गल बात है नहीं तत्ती तो नहीं चलती मेरी सस है नहीं किसी पास मिलनी है ऐ मिला दे बेबे तियां बसाउनी बथेरे औखे जे मां साए देन लग जांदे ना फिर तियां दा मुंह नहीं पैंदा नहीं दिंदी फिर ऐ तां जमी अपने उत्ते चढ़ जाणगे चल कोई ना देख दे हां बेबे डंगर पशुआ दा मैं करूं मैं इत्थों नहीं हुंदा मैं पढ़ी लिखी मैं नहीं कदे कीता डंगर पशुआ दा मेरा तां भाभी ओ करदी सी मेरी तां ਤੁਸੀਂ ਉਹ ਕਰਨਾ ਤੁਸੀਂ ਉਹ ਕਰ ਲਓ ਮੈਂ ਇੱਥੋਂ ਨਹੀਂ ਹੁੰਦਾ ਨਹੀਂ ਵੇਚ ਦੋ ਪਰੇ ਨਹੀਂ ਹੁੰਦਾ ਤਾਂ ਬਕਿਆਵੇਂਗੀ ਸਾਰਾ ਕੁਝ ਹੋਰ ਕੇ ਤੂੰ ਰੰਗ ਲਾਵੇਂਗੀ ਬੇਬੇ ਰੰਗ ਲਾਉਣ ਵਾਲੀ ਕੀ ਗੱਲ ਹੈਗੀ ਕੀ ਕਰਕੇ ਛੱਡੋਗੇ ਤੁਸੀਂ ਮੇਰੇ ਨਾਲ ਸਾਲ ਭਰ ਮੈਂ ਪਹਿਲਾਂ ਬਿਠਾਈ ਰੱਖੀ ਹੈ ਮੈਂ ਤਾਂ ਡੰਡੇ ਦੇ ਜ਼ੋਰ ਤੇ ਬਸੂੰਗੀ ਉਹ ਤਾਂ ਮੇਰੀ ਸੁਣਨਗੇ ਉਹ ਤੁਹਾਡੀ ਕੋਈ ਸੁਣਦੇ ਨਹੀਂ ਨਾ ਕਰਾਂ ਮੈਂ ਕੰਮ ਨਾਲੇ ਮੈਨੂੰ ਲੱਛੀ ਕੱਢ ਕੇ ਦਿਖਾਵੇ ਨਾਲੇ ਮੈਨੂੰ ਤੁਸੀਂ ਕੱਢ ਕੇ ਦਿਖਾਓ ਇੱਥੇ ਹੀ ਬਸੂੰ ਡੰਡੇ ਦੇ ਜ਼ੋਰ ਤੇ ਕੰਮ ਦਾ ਕਰਨਾ ਉਹ ਕੰਮ ਬਿਨਾਂ ਤਾਂ ਕੁਝ ਨਹੀਂ ਬਣਦਾਗਾ ਬੇਬੇ ਤੁਸੀਂ साडी कुड़ी जान के तंग करदे असीं तां जमा ही नहीं बोलदे डरदे मैनूं लग गया पता हुण लग गया पता मैं देख लिया देख लिया हुण तां की कहिंदी सी वीरपाल नहीं कुछ कहिंदी होणी नहीं सुभाव बदलदा वीरपाल दा उरे आ कुड़ी इधर इधर बैठ
हुण तां असीं अखी देख लिया तैनू शर्म ना आई चंगा तू साडा नौ रोशन कर दी है राणी पानी लिया पुत ना मासी पानी नहीं पीना बस रहन दे बह जा बथेरा धंधा कर की ए नर्मदा तू फायदा खाई जानी है सानू तो तू कहनी कहनी अके कोई गल नहीं होई उई कहता लच्छी ने नहीं मैं ओदी ना जांदी सारियां सुन लिया बार च खड़के ए तो ओ गल है के मां नानके जाना है पुत पेके तो मेरी ने आपा नु अपनी कुड़ी दे सुभा दा पता नहीं हैगा मैं तैनू कहंदी हुंदी सी भी कम ला लै इनू ए तो चंबली गई ते मन्नी मैनू आए नहीं पता थी जदों मैं फोन करया थी नहीं आपा ओदी ना जांदियां कहंदी ना ही जी कोई गल नहीं आयो ना तैनू रोकण दी कड़ी लोड़ थी तैनू शर्म ना आई सारी उम्र धंधा करी जाऊगी हूं यह हैगी उम्र दी इनू भी कितने सुख दवा दो मैं नहीं छोड़े घरे धंधा कर दी कद बेबे ने डक्का तोड़े और सौ बोलों की बोली बना रखी काम करा करा के पाके सोना सूट लेके फोन मोए नाल बह जानी है फिर तो भी फिर ही सोहना लगता बंदा बैठे सारा दिन काम करके फिर काम नमेड़ के बैठे नहीं ऐ तो शर्म मान लेंदी भी मेरी भरजाई सारा दिन मूहरे करती है साडे ऐ तो सोच लेंदी ऐ तो हूं उ देख दी बेबे फिर सारा दिन करती है फोन करके मासी ऐ किवें ढाळूगी फोन करदी सानू हथ ला के देखे तेरे ए जादी चंबलगी नाले मां दे लाड प्यार ने बगैड़ी है ने मैं कहंदी हुंदी सी भी बेबे इना लाड प्यार माड़ा है कम ला लै इनू नाले मगरों खबरे की कुछ करती होनी जदों अपने हुंदी है जां कुछ होरे ए तां आपां कुदरती आ गए हुण खबरे इना दे घरे पहला की हाल होना सस्सीकाल 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 कहो बेबे आओ देखी देख लै कुछ ना देख लिया पुत मैं देख लिया नहीं आए भाई असि सानू कदे तां बचोला स्नेह लाउंदा की गल सारी उम्र तां नहीं बचोले हुंदे कदे इह आप फोन करदे ने माड़ा मोटा सोच लै भी हुण सुनो नहीं लगदी तू बचोले स्नेह भेजदी नहीं इहने संग आउणी चाहीदी थी जदों मैं इहनूं फोन करके पुछया आपां ने फोन करया नहीं पुत फोन अहीं करया थी बीबी भले की गल कदा रौला कहिंदी साडे घर तां गल्ले नहीं हैगी कोई गल ते उत्ते नहीं आउंदी हैगी हुण मैनूं पता लग गया पुत इह मेरे पक्ष नहीं मरवाते तुसीं ਹੁਣ ਤੂੰ ਦੇਖੀ ਕੀ ਬਣਦਾ ਹਾਂ ਰੋਈ ਜਾ ਸਾਨੂੰ ਕੋਈ ਰੋਣ ਮੰਨਦਾ ਨਹੀਂ ਹੈਗਾ ਸਾਡੇ ਘਰੇ ਇਹ ਬੈਗ ਚੱਕ ਕੇ ਨਾ ਆਵੇ ਭਾਈ ਹਾਂ ਆਪਦਾ ਇੱਥੇ ਜਿਵੇਂ ਮਰਜ਼ੀ ਉਹ ਕਰੇ ਤੁਸੀਂ ਨੇ ਕੰਮ ਨਹੀਂ ਕਰਨਾ ਮੂਰੇ ਨਾ ਪਸ਼ੂ ਬਸਾਰੇ ਦਾ ਕਰਨਾ ਕੋਈ ਕੁੜੇ ਦਾ ਨਾ ਕਰਨਾ ਇਧਰਲਾ ਕਰੇ ਨਾ ਕਰੇ ਆਪਦਾ ਤੜਕੀ ਨਾ ਕੇ ਤੋਤੇ ਕੱਪੜੇ ਪਾ ਲਿਆ ਕਰ ਸਾਨੂੰ ਜੇ ਮਾੜਾ ਮੋਟਾ ਫੇਰ ਕੋਈ ਗੱਲ ਹੋਈ ਸਾਨੂੰ ਫੋਨ ਕਰਦੀ ਭਾਈ ਬੇਬੇ ਹੁਣ ਨਹੀਂ ਲੋੜ ਉਹਦਾ ਕੰਮ ਆਪਣਾ 6 ਮਹੀਨੇ ਪਹਿਲਾਂ ਦੇਖ ਲਿਆ ਸੀ ਇਹ ਸਾਡੇ ਨਰਮਾ ਨਰਮਾ ਜਿਹਾ ਫਸਾ ਉਠਾਉਂਦੀ ਹੈ ਇਹ ਹੁਣ ਨਹੀਂ ਜਾਂਦੇ ਸੀ ਲੈ ਜਾਓ ਤੁਸੀਂ ਨਾਲ ਇਹਨੂੰ ਨਹੀਂ ਵੀਰੇ ਅਸੀਂ ਨਹੀਂ ਲੈ ਕੇ ਜਾਂਦੇ ਅਸੀਂ ਇਦੂ ਆ ਸਾਡੇ ਘਰੇ ਆ ਵੀ ਨਾ ਜਾਵੇ ਬੈਗ ਲੈ ਕੇ ਠੀਕ ਹੈ ਰੁੱਸ ਕੇ ਪੇਖਿਆਂ ਦੇ ਰਾਹ ਨਾ ਪਾਈਏ ਹੁਣ ਆਪਦਾ ਇੱਥੇ ਜਿਵੇਂ ਮਰਜ਼ੀ ਕੰਮ ਕਰੇ ਕਿਵੇਂ ਮਰਜ਼ੀ ਰਹੇ ਮੜੇ ਡੰਡਾ ਕਰੜਾ ਰੱਖੋ ਆਪਦਾ ਵੀ ਮੇਰੀ ਗੱਲ ਸੁਣ ਪੁੱਤ ਜਮਾ ਨਾ ਤੁਸੀਂ ਇਸ ਗੱਲ ਤੋਂ ਡਰੋ ਠੀਕ ਹੈ ਤੁਹਾਨੂੰ ਐ ਰਹਿੰਦਾ ਕੁਛ ਖਾ ਕੇ ਮਰ ਜੂ ਜਾਂ ਕੁਛ ਹੋ ਜੂ ਜੇ ਸਾਡੀ ਨੇ ਕੋਈ ਇਹੀ ਜੀ ਗਲਤੀ ਕਰਤੀ ਮੈਂ ਚੱਕ ਕੇ ਲੱਪੜਾਂ ਦੇ ਇੱਥੇ ਦੇ ਕੇ ਜਾਊਂ ਜਿੰਨੀ ਕੁ ਮੈਂ ਚੰਗੀ ਆ ਮਾੜੀ ਵੀ ਹੋਣੀ ਹੋਈ ਆ ਇਹ ਨਾ ਸੋਚੀ ਵੀ ਆਪਦੀ ਧੀ ਦਾ ਪੱਖ ਲੈਂਦੀ ਹੈ ਤੂੰ ਸਾਨੂੰ ਜੱਗੋ ਰੱਬੋ ਪਿਆ ਰਹਿ ਇਹਨੂੰ ਨਾ ਗਊ ਵਰਗੀ ਇਹਨੂੰ ਕੀ ਤੰਗ ਕਰਨ ਬੈਠੀ ਹੈ ਤੂੰ ਤੜਕੀ ਸੁੱਤੀ ਉੱਠਦੀ ਨੂੰ ਨਾ ਤੇਰੇ ਤੋਂ ਕੇ ਕੱਪੜੇ ਮਿਲਣਾ ਤੇ ਰੋਟੀ ਮਿਲੇ ਤੱਤੀ ਪੱਕਦੀ ਹੁਣ ਤਾਂ ਭੈਣ ਜੀ ਤੁਸੀਂ ਲੈ ਜਿਓ ਸਾਡੇ ਬੰਨੇ ਸਾਡੇ ਮੂਰੇ ਹੱਥ ਅਸੀਂ ਬਹੁਤ ਔਖੇ ਘਰ ਰੱਖਦੇ ਹਾਂ ਦੇਖ ਭੈਣ ਜੀ ਮੈਨੂੰ ਇੱਕ ਚਾਂਸ ਹੋਰ ਦੇ ਦਿਓ ਠੀਕ ਹੈ ਕੋਈ ਗੱਲ ਨਹੀਂ ਫੇਰ ਵੀ ਤੁਹਾਡੀ ਸੀ ਹੈ ਤੁਹਾਡੇ ਘਰ ਹੀ ਬਸੂਗੀ ਲੈ ਕੇ ਨਹੀਂ ਮੈਂ ਜਾਂਦੀ ਇਹ ਤਾਂ ਤੂੰ ਭੁੱਲ ਜਾ ਨਾ ਗੱਲਾਂ ਨੂੰ ਜੇ ਤੁਹਾਨੂੰ ਹੁਣ ਕਦੇ ਕੋਈ ਕੁਛ ਕਹੂਗੀ ਕੋਈ ਗਲਤੀ ਕਰੂਗੀ ਫੱਟ ਮੈਨੂੰ ਫੋਨ ਮਾਰਿਓ ਮੈਂ ਉਸੇ ਟਾਈਮ ਆ ਬੇਬੇ ਤੈਨੂੰ ਫੋਨ ਕਰਿਆ ਤੂੰ ਉਦੋਂ ਨਾ ਆਈ ਹੁਣ ਬਚੋਲੇ ਨੂੰ ਫੋਨ ਲਾਇਆ ਤੂੰ ਫੇਰ ਆਈਆਂ ਤੂੰ ਪੁੱਤ ਮੈਂ ਤਾਂ ਇਹਦੇ ਐਡੇ ਮੋਹ ਪਿਆਰ ਨਾਲ ਪਾਲੀ ਸੀ ਮੈਂ ਤਾਂ ਇਹਦੇ ਪਿਆਰ ਨੇ ਇੰਨੀ ਕਰ ਰੱਖੀ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਧੀਆਂ ਨਾਲ ਇਹੋ ਜਿਹਾ ਹਾਲ ਹੁੰਦਾ ਮੈਂ ਕੋਈ ਇਹਨੂੰ ਐਂ ਸਿਖਾ ਕੇ ਥੋੜਾ ਤੋਰਦੀ ਸੀ ਵੀ ਤੇਰੀ ਮਾਂ ਨਾਲ ਲੜੇ ਜਾਂ ਕਰੇ ਕੰਮ ਨਾ ਕਰੇ ਇਹਦੀ ਭਰਜਾਈ ਕੰਮ ਕਰਦੀ ਸੀ ਇਹਨੂੰ ਚੱਜ ਆਉਣਾ ਸੀ ਵੀ ਮੇਰੀ ਭਰਜਾਈ ਕਰਦੀ ਹੈ ਸਾਰਾ ਦਿਨ ਕੰਮ ਮੈਂ ਵੀ ਉੱਥੇ ਜਾ ਕੇ ਕੰਮ ਕਰਾਂ ਹੁਣ ਤੈਨੂੰ ਲਾਂਭਾ ਨਹੀਂ ਆਊਗਾ ਮੇਰਾ ਪੁੱਤ ਬਣ ਕੇ ਹੁਣ ਤੂੰ ਮੈਂ ਲੈ ਕੇ ਨਹੀਂ ਜਾਂਦੀ ਹੁਣ ਤੂੰ ਐਂ ਰੁਸਕੀ ਜਾਵੇਂਗੀ ਹੁਣ ਨਹੀਂ ਮਗਰ ਮੱਛਾਂ ਨੂੰ ਜੁਆਂ ਦਾ ਫਾਇਦਾ ਲੈ ਦੱਸ ਹੁਣ ਰੋਣ ਵਾਲੀ ਕਿਹੜੀ ਗੱਲ ਹੈ ਨਾਲ ਤਾਂ ਤੇਰੇ ਚ ਖੋਟ ਨੇ ਨਾਲ ਇਹ ਤੂੰ ਰੋਣੀ ਹੈ ਮੈਂ ਚੁੱਪ ਕਰ ਜਾ ਮੈਂ ਚੁੱਪ ਕਰ ਹੁਣ ਤੂੰ ਸਿੱਧੀ ਬੈਠ ਮੇਰੀ ਗੱਲ ਸੁਣ ਠੀਕ ਹੈ ਹੁਣ ਤੇਰੇ ਕੰਨੀਆਂ ਕਦੇ ਲਾਂਭਾ ਨਾ ਆਵੇ ਤੇਰੀ ਗਲਤੀ ਸੀ ਹੁਣ ਇਹ ਗਲਤੀ ਦਾ ਅਹਿਸਾਸ ਮੰਨ ਲੈ ਵੀ ਤੇਰੀ ਗਲਤੀ ਸੀ ਉਹਨੂੰ ਕੀ ਕਹਿਣੇ ਬੈਠੀ ਹੈ ਤੂੰ ਕੰਮ ਨੂੰ
मैं केड़े दिन हो गए कम छे पुराणी के सिर ते नाले जवाक प्रदेशा च रहा तेनू ए ना आई ए तो कम करा तू सारा दिन ये नरमाई है नरमाई का फायदा उठाई जानी यह नरम है ता करके नरमाई का फायदा तू उठाई जानी है तू आप सोच बेबे हूं नहीं मैं मौका दूंगी सोनू भी कोई भी हम काम आपका सारा आप करे करू हूं नहीं मैं कोई गलती कर दी तू ए तो सोच लेंदी भी पहला केड़े हाली बिछाई है पंचा सरपंचा नाल बिछाई है किन्नी इज्जत बनी हुई है तेरे भरा जी मैनू पता नहीं मैनू तो इन्हे मिठिया गोलियां ही नहीं रखिया नहीं मम्मी कोई गल नहीं नहीं बेबे कोई गल नहीं पर मैनू नहीं पता थी अज मैं मौका देख लिया हूं कदे थोनू लांबा नहीं आऊ एहसास हो गया बस ठीक है चल बेबे हूं मेनू भी यकीन हो गया हूं आप जा सकते रिश्ते चो के जा तो सकते पुत बेबे सत श्रीकाल बई सारू बहुत बहुत प्यार भरी सत श्रीकाल जिमें साडिया वीडियो हूँ प्यार देंदे रहे हो गह भी एवं जिमें प्यार देंदे रहे वधिया वधिया वीडियो लेके आवे हूँ है जी बारी कमेंट आलियां दी रामप्रीत कौर चीमा मंडी सुरेंद्र कौर USA इंद्रजीत कौर जसपाल कौर मलेरकोटला बलबीर सिंह हमीरगढ़ कुलजीत कौर रविंद्र कौर कनेडा सरबजीत कौर इटली धन्यवाद जी धन्यवाद थोड़ा सारे ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਆ ਕਰੋ